बिस्मिल्लाहिर्रहमानिर्रहीम, अल्लाहुम्मा सल्ली अला मोहम्मद वला आले मोहम्मद वबारिक वसल्लम वसल्ली अलैहि। लखां करोड़ों दुरूद थोड़े कमली वाले आका हजरत मोहम्मद अरबी सल्लल्लाहु अलैहि वाली वसल्लम ते आप दी आल ते ते आप दे साहबा ते। मेरा नाम जी डॉक्टर गुलफर बुखारी है, पंजाब पाकिस्तान तो हाँ। तुम देख रहे हो PhD पंजाबी स्टूडियो। अल्लाह तआला दी जात ने हर जी रूह नूं अकल दित्ती, इंसान नूं भी अकल दित्ती। हर जी रूह ते इंसान दी जिहड़ी अकल इहदे विच की फर्क है? अल्लाह तआला ने इंसान दी अकल दे विच शऊर दे विच इरतका रखता। इरतका किवें वधदा है? किताबां पढ़ो, किताबां पढ़ो, अकल दा इरतका बड़ी तेज रफ्तारी फल लैंदा है। इंसानां नालों गल बड़ी मशहूर है, इंसानां नालों वध जग उत्ते किताबां ने हुकूमत कीती। बड़ा मशहूर एक मकूला है, रीडर जी लीडर होंगे ने, लीडर जी लीडर होंगे ने। ते अज साडे नाल मौजूद ने किताबां नाल जुड़े कलम नाल जुड़े जनाब सतेश कलैटी जी, चेतन प्रकाशन लुधियाना तो। कलैटी जी किताबों नाल प्रेम करने वाले इलम दोस्त हस्ती ने। कलैटी साहब तुहानू जी आइआं नूं आखदे आ, साडे बड़े तनपाक तुसीं साडे नाल मौजूद हो, वीडियो लिंक ते मौजूद हो लुधियाने तो। बहुत चंगा लग रिहा सानू। अपने देखने वाले मैं दसा कि दुनिया के इस तुहाडा अदारा कोई नहीं जो पंजाबी दी किताबां छापदा होवे। 4000 तो वध टाइटल कलैटी साहब छाप चुके ने, रब इन्हां नूं लंबी हयाती दे। इस तरह ही अपनी मां बोली की सेवा च लगे रहन। साडे बड़े चंगे भाग ने कलैटी साहब, बहुत शुक्रिया तुसीं बड़ा टाइम कढ़िया, बड़े कुछ तुहाडियां रुझां ने। बहुत बहुत धन्यवाद डॉक्टर बुखारी जी, तुहाडा और पंजाबी स्टूडियो दे सारे सुनने वाले दर्शकों का ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ, ਪੰਜਾਬੀ ਸਾਡੀ ਜ਼ਬਾਨ ਹੈ, ਪੰਜਾਬੀ ਸਾਡੀ ਰੂਹ ਹੈ। ਤੇ ਰੂਹ ਤੋਂ ਪਾਸੇ ਰੱਖ ਕੇ ਅਸੀਂ ਕੋਈ ਗੱਲ ਨਹੀਂ ਕਰ ਸਕਦੇ। ਜੇ ਸਾਡੇ ਨਾਲ ਸ਼ਬਦ ਜੁੜੇ ਨੇ, ਸਾਡੇ ਕੋਲ ਸ਼ਬਦ ਹੈ, ਸਾਡੀ ਰੂਹ ਹੈ, ਤੇ ਅਸੀਂ ਜਿਉਂਦੇ ਹਾਂ, ਨਹੀਂ ਤਾਂ ਮੁਰਦਾ ਲਾਸ਼ ਹਾਂ। ਤੇ ਮੁਰਦਾ ਲਾਸ਼ ਦਾ ਕੋਈ ਆਸਾ ਪਾਸਾ ਨਹੀਂ ਹੁੰਦਾ, ਕੋਈ ਸਿਰ ਪੈਰ ਨਹੀਂ ਹੁੰਦਾ। ਜ਼ਿੰਦਗੀ ਜਿੱਥੇ ਸਾਹ ਚੱਲਦੇ ਨੇ, ਜਿੱਥੇ ਰੂਹ ਹੈ ਉਹ ਤੁਰਦੀ ਹੈ। ਮੈਨੂੰ ਡਾਕਟਰ ਹਜ਼ਾਰਾ ਹਜ਼ਾਰੀ ਪ੍ਰਸਾਦ ਚਤੁਰਵੇਦੀ ਹਿੰਦੀ ਦੇ ਬਹੁਤ ਵੱਡੇ ਸਾਹਿਤਕਾਰ ਹੋਏ ਨੇ, ਉਹਨਾਂ ਦੀ ਗੱਲ ਮੈਨੂੰ ਯਾਦ ਆਉਂਦੀ ਹੈ ਕਿ ਅਸੀਂ ਜੀ ਖੜੇ ਹਾਂ ਤਾਂ ਪਾਣੀ ਇਸ ਤਰ੍ਹਾਂ ਜਿਵੇਂ ਪਾਣੀ ਖੜੋਤਾ ਹੋਇਆ, ਜੇ ਅਸੀਂ ਇੱਕ ਪੈਰ ਉੱਪਰ ਚੱਕਦੇ ਹਾਂ ਤਾਂ ਇਹਦਾ ਮਤਲਬ ਹੈ ਅਸੀਂ ਇੱਕ ਪੈਰ ਪਰੰਪਰਾ ਨਾਲ ਜੁੜਿਆ ਹੋਇਆ, ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਾਂ, ਆਪਣੀ ਭਾਸ਼ਾ ਨਾਲ ਜੁੜੇ ਹੋਏ ਹਾਂ। ਜਿਹੜਾ ਦੂਜਾ ਪੈਰ ਅਸੀਂ ਚੱਕਿਆ ਹੋਇਆ ਉਹ ਅਸੀਂ ਆਧੁਨਿਕਤਾ ਲਈ ਚੁੱਕਿਆ ਹੋਇਆ, ਅਸੀਂ ਆਧੁਨਿਕ ਆਧੁਨਿਕਤਾ ਵੱਲ ਪ੍ਰੇਰਿਤ ਹੋ ਰਹੇ ਹਾਂ, ਅਸੀਂ ਅੱਗੇ ਵੱਧ ਰਹੇ ਹਾਂ। ਅਸੀਂ ਦੋਨੋਂ ਪੈਰ ਚੁੱਕਾਂਗੇ ਤਾਂ ਵੀ ਮਾਰ ਖਾ ਜਾਂਗੇ, ਜੇ ਦੋਨੋਂ ਪੈਰ ਖੜੇ ਰਹਿਣਗੇ ਤਾਂ ਵੀ ਮਾਰ ਖਾ ਜਾਂਗੇ। ਸਾਡਾ ਇੱਕ ਪੈਰ ਤੁਰਦਾ ਰਹੇ, ਇੱਕ ਪੈਰ ਸਾਡਾ ਖੜਾ ਰਹੇ, ਇੱਕ ਜੜ੍ਹਾਂ ਨਾਲ ਜੁੜਿਆ ਰਹੇ, ਪਰੰਪਰਾ ਨਾਲ ਜੁੜਿਆ ਰਹੇ, ਇਤਿਹਾਸ ਨਾਲ ਜੁੜਿਆ ਰਹੇ, ਤੇ ਦੂਜਾ ਪੈਰ ਆਧੁਨਿਕਤਾ ਨਾਲ, ਡਿਜੀਟਲ ਯੁੱਗ ਨਾਲ, ਟੈਕਨੋਲੋਜੀ ਨਾਲ ਜੁੜਿਆ ਰਹੇ, ਤਾਂ ਕਿ ਅਸੀਂ ਸ਼ਬਦ ਦਾ ਪ੍ਰਚਾਰ ਕਰ ਸਕੀਏ, ਸ਼ਬਦ ਦਾ ਹੋਰ ਪਾਸਾਰ ਕਰ ਸਕੀਏ। ਵਾਹ ਵਾਹ ਫਿਰ ਸਾਹਿਬ, ਬਹੁਤ ਪਿਆਰੀ ਗੱਲ ਤੁਸੀਂ ਨੇ ਕੀਤੀ। ਤੇ ਇਹੀ ਗੱਲ ਹੈ, ਅੱਜ ਮੈਂ ਦੇਖਣਾ ਵਾ ਕਿ ਕਰਾਟੀ ਸਾਹਿਬ ਦਾ ਪਰਿਵਾਰ ਬੜੇ ਇਲਮ ਦੋਸਤ ਨੇ, ਕਿਤਾਬਾਂ ਨਾਲ ਪਿਆਰ ਕਰਨ ਵਾਲੇ ਨੇ, ਤੇ ਧਰਤੀ ਤੇ ਪੂਰੇ ਮਤਲਬ ਆਪਣਾ ਬਹੁਤ ਸੋਹਣੀ ਜੋਤ ਨਾਲ ਖਲੋਤੇ ਨੇ, ਆਪਣੀ ਧਰਤੀ ਪੰਜਾਬ ਦੀ ਧਰਤੀ ਨਾਲ ਜੁੜੇ ਨੇ, ਆਪਣੀ ਜ਼ਬਾਨ ਨਾਲ ਜੁੜੇ ਨੇ, ਸੱਭਿਆਚਾਰ ਨਾਲ ਜੁੜੇ ਨੇ। ਕਰਾਟੀ ਸਾਹਿਬ ਤੁਸੀਂ ਕਿਉਂਕਿ ਖੁਦ ਵੀ ਲਿਖਦੇ ਹੋ, ਤੇ ਮੇਰੇ ਮਨ ਚ ਇੱਕ ਪਹਿਲਾ ਸਵਾਲ ਆਇਆ ਸੀ ਪ੍ਰੋਗਰਾਮ ਵੱਲ ਵਧਣੇ ਆ, ਕਿ ਚੰਗਾ ਲਿਖਣ ਲਈ ਇਹ ਪੜ੍ਹਨਾ ਕਿੰਨਾ ਕੁ ਜ਼ਰੂਰੀ ਹੈ? ਬਿਲਕੁਲ ਉਸੇ ਤਰ੍ਹਾਂ ਜੀ, ਜਿਵੇਂ ਜਿਉਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੈ, ਉਸ ਤਰ੍ਹਾਂ ਲਿਖਣ ਲਈ ਪੜ੍ਹਨ ਦੀ ਲੋੜ ਹੈ। ਮੇਰੇ ਬਹੁਤ ਵੱਡੇ ਸਾਡੇ ਸਕਾਲਰ ਜਨਾਬ ਸੁਰਜੀਤ ਖੁਰਸ਼ੀਦੀ ਹੋਏ ਨੇ, ਮੈਂ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਗਜ਼ਲਾਂ ਸੁਣਾਈਆਂ ਅੱਜ ਤੋਂ 30 ਸਾਲ ਪਹਿਲਾਂ, ਤੇ ਉਹ ਕਹਿੰਦੇ ਸਤੀਸ਼ ਜੇ ਗਜ਼ਲ ਕਹਿਣੀ ਹੈ ਜਾਂ ਗਜ਼ਲ ਲਿਖਣੀ ਹੈ ਤਾਂ ਤੁਹਾਨੂੰ ਘੱਟੋ ਘੱਟ 10,000 ਸ਼ੇਰ ਯਾਦ ਹੋਣੇ ਚਾਹੀਦੇ ਆ। 10,000 ਸ਼ੇਰ ਯਾਦ ਹੋਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਦੁਬਾਰਾ ਆਪਣਾ ਕੋਈ ਸ਼ੇਰ ਲਿਖੋਗੇ ਤਾਂ ਤੁਹਾਨੂੰ ਫੱਟ ਯਾਦ ਆਏਗਾ, ਇਹ ਤਾਂ ਫਲਾਣੇ ਨੇ ਲਿਖਿਆ ਹੋਇਆ ਇਸ ਤਰ੍ਹਾਂ ਦਾ, ਤਾਂ ਫਿਰ ਤੁਸੀਂ ਨਵਾਂ ਕੀ ਲਿਖ ਰਹੇ ਹੋ? ਨਵਾਂ ਲਿਖਣ ਲਈ ਸਾਨੂੰ 10,000 ਸ਼ੇਰ ਯਾਦ ਕਰਨੇ ਪੈਣਗੇ। ਭਾਵ ਇਹ ਕਿ ਅਸੀਂ ਕਿਸੇ ਵੀ ਵਿਧਾ ਵਿੱਚ ਲਿਖ ਦਈਏ, ਚਾਹੇ ਅਫਸਾਨਾ ਲਿਖੀਏ, ਅਸੀਂ ਨਾਵਲ ਲਿਖੀਏ, ਅਸੀਂ ਨਾਟਕ ਲਿਖੀਏ, ਜਦ ਤੱਕ ਅਸੀਂ ਪਿਛਲੇ 50 ਤੋਂ 100 ਸਾਲ ਦੇ ਲੇਖਕਾਂ ਨੂੰ ਪੜ੍ਹਿਆ ਨੀ ਹੋਏਗਾ, ਤੇ ਅਸੀਂ ਨਵੀਂ ਕੋਈ ਗੱਲ ਨੀ ਕਰ ਸਕਾਂਗੇ। ਤੇ ਜੇ ਨਵੀਂ ਗੱਲ ਨੀ ਕਰ ਸਕਾਂਗੇ ਫਿਰ ਤਾਂ ਰਵਾਇਤੀ ਗੱਲ ਹੋਏਗੀ, ਟ੍ਰੈਡੀਸ਼ਨ ਗੱਲ ਹੋਏਗੀ। ਟ੍ਰੈਡੀਸ਼ਨ ਨੂੰ ਕੋਈ ਨੀ ਪੜ੍ਹਦਾ, ਰਵਾਇਤੀ ਨੂੰ ਕੋਈ ਨੀ ਪੜ੍ਹਦਾ, ਨਵੀਂ ਗੱਲ ਨੂੰ ਹੀ ਲੋਕ ਸੁਣਨਗੇ, ਨਵੀਂ ਗੱਲ ਨੂੰ ਪੜ੍ਹਨਗੇ, ਨਵੀਂ ਗੱਲ ਨੂੰ ਲੋਕ ਪਸੰਦ ਕਰਦੇ ਨੇ। ਲਿਖਣ ਲਈ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ, ਬੜੀ ਗੱਲ। ਅੱਛਾ, ਰੁੱਖਾਂ ਦੇ ਪੱਤਰਾਂ ਤੋਂ ਲੈ ਕੇ ਗ੍ਰੈਟੀ ਸਾਹਿਬ, ਰੁੱਖਾਂ ਦੇ ਪੱਤਰਾਂ ਤੋਂ ਲੈ ਕੇ ਪ੍ਰਿੰਟਿੰਗ ਪ੍ਰੈਸ, ਹੁਣ ਈ ਬੁੱਕਸ ਇੱਕ ਲੰਮੀ ਦਾਸਤਾਨ ਹੈ,
ਤੁਸੀਂ ਕਿਉਂ ਜੇ ਕਿਤਾਬ ਨਾਲ ਜੁੜੇ ਜੇ ਇਹ ਦੱਸੋ ਅੱਜ ਦੇ ਸਮੇਂ ਅੰਦਰ ਨਵੀਂ ਟੈਕਨੋਲੋਜੀ ਰਵਾਇਤੀ ਕਿਤਾਬ ਨੂੰ ਕਿਸ ਤਰ੍ਹਾਂ ਮੁਤਾਸਿਰ ਕਰ ਰਹੀ ਹੈ? ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਕਿਤਾਬ ਨੂੰ ਪ੍ਰਮੋਟ ਕਰ ਰਹੀ ਹੈ ਜੀ, ਪ੍ਰਚਾਰ ਕਰ ਰਹੀ ਹੈ। ਫਾਰ ਐਗਜ਼ਾਮਪਲ, ਅਸੀਂ ਇੱਕ ਕਿਤਾਬ ਦੀ ਇਨਫੋਰਮੇਸ਼ਨ ਫੇਸਬੁੱਕ ਤੇ ਪਾਉਂਦੇ ਹਾਂ, ਵਟਸਐਪ ਤੇ ਪਾਉਂਦੇ ਹਾਂ, ਜਾਂ ਹੋਰ ਟਵਿੱਟਰ ਤੇ ਪਾਉਂਦੇ ਹਾਂ, ਇੰਸਟਾਗ੍ਰਾਮ ਤੇ ਪਾਉਂਦੇ ਹਾਂ, ਤੇ ਉਹਦਾ ਕੀ ਹੁੰਦਾ ਕਿ ਉਸੇ ਵਕਤ ਇੱਕ ਦੋ ਮਿੰਟਾਂ ਦੇ ਵਿੱਚ ਹੀ 5 ਤੋਂ 10 ਹਜ਼ਾਰ ਜਿਹੜੇ ਪੜ੍ਹਨ ਵਾਲੇ ਨੇ, ਰੀਡਰ ਨੇ, ਉਹਨਾਂ ਕੋਲ ਪਹੁੰਚ ਜਾਂਦੀ ਹੈ। ਤੇ ਫਿਰ ਜਦੋਂ ਉਹਨਾਂ ਨੂੰ ਲੱਗਦੀ ਹੈ ਕਿ ਗੱਲ ਮੇਰੇ ਪੜ੍ਹਨ ਵਾਲੀ ਹੈ, ਮੇਰੀ ਕਿਤਾਬ ਪੜ੍ਹਨ ਵਾਲੀ ਹੈ, ਉਸੇ ਵੇਲੇ ਆਰਡਰ ਦੇਣਾ ਸ਼ੁਰੂ ਕਰ ਦਿੰਦੇ। ਸਹੀ ਸਹੀ। ਡਿਜੀਟਲ ਯੁੱਗ ਹੈ ਜਿਹੜਾ, ਉਹ ਤਾਂ ਪੰਜਾਬੀ ਨੂੰ ਪ੍ਰਚਾਰ ਨੂੰ ਬਹੁਤ ਵੱਡਾ ਪ੍ਰਮੋਸ਼ਨ ਦੇ ਰਿਹਾ, ਕਿਉਂਕਿ ਜਿਹੜੇ ਗੂਗਲ ਤੇ ਸਰਚ ਕਰਦੇ ਨੇ ਲੋਕ, ਇਹ ਸੋਚਦੇ ਨੇ ਕਿ ਅਸੀਂ ਗੂਗਲ ਤੋਂ ਪੜ੍ਹ ਲਵਾਂਗੇ ਜਾਂ ਈ ਬੁੱਕ ਰਾਹੀਂ ਪੜ੍ਹ ਲਾਂਗੇ, ਕੋਈ ਨੀ ਪੜ੍ਹਦਾ। ਉਹ ਜਿਹੜੇ ਚੰਦ ਪੈਸੇ ਵਾਲੇ ਲੋਕ ਨੇ, ਉਹ ਸਟੋਰ ਕਰਕੇ ਰੱਖ ਲੈਂਦੇ ਨੇ, ਜਦੋਂ ਸਮਾਂ ਮਿਲੇਗਾ ਅਸੀਂ ਫਿਰ ਦੇਖ ਲਾਂਗੇ। ਲੇਕਿਨ ਜਿਹੜਾ ਮੌਜੂਦਾ ਯੁੱਗ ਹੈ, ਮੌਜੂਦਾ ਯੁੱਗ ਦੇ ਵਿੱਚ ਕਿਤਾਬ ਹੀ ਪੜ੍ਹੀ ਜਾਂਦੀ ਹੈ, ਜਿਹੜਾ ਸਫ਼ੇ ਪਲਟਣ ਦਾ ਆਨੰਦ ਹੈ ਉਹ ਕਲਿੱਕ ਕਰਨ ਨਾਲ ਨਹੀਂ ਆ ਸਕਦਾ। ਸਫ਼ੇ ਪਲਟਣ ਦਾ ਜਿਹੜਾ ਆਨੰਦ ਹੈ, ਜਿਹੜਾ ਅਸੀਂ ਉਂਗਲ ਲਾ ਕੇ ਤੇ ਸਫ਼ਾ ਪਲਟਦੇ ਹਾਂ, ਜਿਹੜਾ ਉਹਦਾ ਆਨੰਦ ਹੈ, ਜਿਹੜੀ ਉਹਦੀ ਸਾਊਂਡ ਹੈ, ਜਿਹੜੀ ਉਹਦੀ ਆਵਾਜ਼ ਹੈ, ਉਹ ਅਸੀਂ ਕਲਿੱਕ ਕਰਕੇ ਨਹੀਂ ਲੈ ਸਕਦੇ। ਪਰ ਹਾਂ, ਕਲਿੱਕ ਕਰਕੇ ਇੱਕ ਫਾਇਦਾ ਹੁੰਦਾ ਕਿ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਦੁਨੀਆਂ ਭਰ ਚ ਬੈਠੇ ਹਨ, ਪਰ ਇਨਫੋਰਮੇਸ਼ਨ ਕੌਣ ਦੇ ਰਿਹਾ ਹੁੰਦਾ? ਗੂਗਲ ਦੇ ਰਿਹਾ ਹੁੰਦਾ, ਤੇ ਗੂਗਲ ਕਿੱਥੋਂ ਲੈਂਦਾ? ਕਿਤਾਬ ਤੇ ਲੈ ਰਿਹਾ। ਇਨਫੋਰਮੇਸ਼ਨ ਸਾਡੇ ਕੋਲ ਪਹੁੰਚਦੀ ਹੈ, ਫਿਰ ਅਸੀਂ ਕਿਤਾਬ ਲੱਭਦੇ ਹਾਂ। ਦੁਨੀਆਂ ਚ ਕਿਤਾਬ ਵੀ ਮਿਲੇ, ਭਾਵੇਂ ਸੋਰਸ ਕੋਈ ਵੀ ਹੋ ਸਕਦਾ ਕਿਤਾਬ ਦਾ, ਲੇਕਿਨ ਬੇਸ ਪ੍ਰਿੰਟਿੰਗ ਕਿਤਾਬ ਹੋਏਗੀ ਜੀ। ਪ੍ਰਿੰਟਿੰਗ ਜਿਹੜੀ ਪ੍ਰਿੰਟਡ ਮਟੀਰੀਅਲ ਹੁੰਦਾ, ਉਹੀ ਬੇਸ ਹੁੰਦਾ। ਬੜੀ ਬੜੀ ਸੋਹਣੀ ਗੱਲ ਕੀਤੀ ਜੀ। ਇੱਕ ਮੇਰੇ ਮਨ ਚ ਜ਼ਿੰਦਗੀ ਦਾ ਸਵਾਲ ਸੀ, ਪੀਡੀਐਫ ਦੀ ਵਜ੍ਹਾ ਤੋਂ ਇਹ ਕਿਤਾਬ ਦੀ ਇੱਜ਼ਤ ਘੱਟ ਗਈ ਜੀ? ਮੈਨੂੰ ਵੀ ਲੱਗਦਾ ਹੈ, ਕਿਉਂਕਿ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਆਨੰਦ ਸਮਾਂ ਪਲਟਣੇ ਚ ਹੁੰਦਾ ਹੈ, ਕਿਤਾਬ ਦੀ ਖੁਸ਼ਬੂ ਚ ਜਿਹੜੀ ਖੁਸ਼ਬੂ ਮਹਿਸੂਸ ਹੁੰਦੀ ਹੈ, ਸਾਨੂੰ ਪੀਡੀਐਫ ਚ ਮਹਿਸੂਸ ਨਹੀਂ ਹੋ ਸਕਦੀ। ਇਹ ਤੁਹਾਡੀ ਗੱਲ ਬੜੀ, ਇਹ ਕੀ ਕਹੋਗੇ ਤੁਸੀਂ ਇਸ ਬਾਰੇ? ਇੰਜੀ ਹੈ ਜੀ, ਮੇਰਾ ਮੇਰਾ ਖੇਰ ਹੈ ਜੀ ਇਸ ਉੱਤੇ ਕਿ ਸਾਡੇ ਸ਼ਹਿਰ ਚ ਇੱਕ ਸੱਜਣ ਹੈ ਜਿਸ ਕੋਲੋਂ ਰੋਟੀ ਦੀ ਵੀ ਪੀਡੀਐਫ ਮਿਲ ਸਕਦੀ ਹੈ। ਇਸ ਸ਼ੇਰ ਨੂੰ ਅਸੀਂ ਸਾਹਿਤ ਨਾਲ ਵੀ ਜੋੜ ਸਕਦੇ ਹਾਂ, ਸਿਆਸਤ ਨਾਲ ਵੀ ਜੋੜ ਸਕਦੇ ਹਾਂ, ਬਿਆਨਬਾਜ਼ੀ ਨਾਲ ਵੀ। ਜਿਹੜਾ ਸਿਆਸਤਦਾਨ ਉਹ ਬਿਆਨ ਦੇ ਰਿਹਾ ਹੁੰਦਾ, ਬਸ਼ੀਰ ਬਦਰ ਨੇ ਕਿਹਾ ਹੈ ਕਿ ਸਿਆਸਤ ਕੀ ਆਪਣੀ ਅਲੱਗ ਇੱਕ ਜ਼ਬਾਨ ਹੈ, ਲਿਖਾ ਹੋ ਜੋ ਇਕਰਾਰ ਇਨਕਾਰ ਪੜ੍ਹਨਾ। ਉਹ ਜਿਹੜੀ ਬਿਆਨਬਾਜ਼ੀ ਉਹ ਕਰ ਰਿਹਾ ਹੁੰਦਾ, ਭਾਵ ਉਸਦਾ ਉਲਟ ਹੁੰਦਾ। ਬਿਲਕੁਲ, ਉਹੀ ਲੋਕ ਪਾਉਂਦੇ ਨੇ ਫੇਸਬੁੱਕ ਤੇ ਜਾਂ ਹੋਰ ਵਟਸਐਪ ਤੇ ਕਿ ਜਿਨ੍ਹਾਂ ਦੀ ਆਪਣੀ ਕਿਤਾਬ ਪੜ੍ਹੀ ਨੀ ਜਾ ਰਹੀ। ਬਿਲਕੁਲ ਸਹੀ। ਜਿਹੜੇ ਵੱਡੇ ਲੇਖਕ ਨੇ, ਉਹਨਾਂ ਦੀ ਕਿਤਾਬ ਪੀਡੀਐਫ ਨੀ ਪਾਈ ਜਾਂਦੀ, ਉਹਨਾਂ ਨੂੰ ਰਾਇਲਟੀ ਮਿਲ ਰਹੀ ਹੁੰਦੀ ਹੈ। ਉਹ ਤਾਂ ਰਾਇਲਟੀ ਲੈਂਦੇ, ਉਹ ਕਿਉਂ ਪਾਉਣਗੇ ਪੀਡੀਐਫ? ਬਿਲਕੁਲ। ਸਿਰਫ ਪੀਡੀਐਫ ਇੱਕ ਬਹਾਨਾ ਹੈਗਾ ਕਿ ਮੇਰੀ ਕਿਤਾਬ ਨੂੰ ਮੇਰਾ ਨਜ਼ਰ ਮਾਰ ਲੈਣਾ ਜੀ, ਦੇਖ ਲਓ। ਇੱਥੇ ਵੱਡੇ ਅਸੀਂ ਸਕਾਰਤਕ ਲੇਖਕ ਤੋਂ ਭੇਜਦੇ ਹਾਂ, ਮੇਰੀ ਨਜ਼ਰ ਮਾਰ ਲੈਣਾ ਜਾਂ ਤਾਂ ਦੋ ਸ਼ਬਦ ਲਿਖ ਲੈਣਾ, ਪੀਡੀਐਫ ਦਾ ਮਕਸਦ ਇਹ ਹੁੰਦਾ। ਅਖਬਾਰਾਂ ਵੀ ਪੀਡੀਐਫ ਆਉਂਦੀਆਂ ਨੇ, ਅਖਬਾਰਾਂ ਕਿੰਨੀਆਂ ਕੁ ਲੋਕ ਪੀਡੀਐਫ ਪੜ੍ਹਦੇ ਨੇ, ਲੇਕਿਨ ਜਦੋਂ ਪੜ੍ਹਨੀ ਹੁੰਦੀ ਹੈ ਉਹਨੂੰ ਸਾਹਮਣੇ ਪ੍ਰਿੰਟਡ ਪੇਪਰ ਪ੍ਰਿੰਟਡ ਅਖਬਾਰ ਚਾਹੀਦਾ ਹੁੰਦਾ, ਫਿਰ ਪੜ੍ਹਿਆ ਜਾਂਦਾ। ਹਾਂਜੀ, ਉਹ ਹੁੰਦਾ ਵੱਖਰਾ ਹੀ ਆਨੰਦ। ਬਾਕੀ ਜੀ ਪੈਰ ਸਾਹਿਬ, ਬਹੁਤ ਸੋਹਣੀ ਗੱਲ। ਅੱਛਾ ਪੈਰ ਸਾਹਿਬ, ਇੱਕ ਜ਼ਮਾਨਾ ਸੀ, ਲੋਕ ਸਮਝਦੇ ਸੀ ਟੀਵੀ ਆ ਗਿਆ, ਰੇਡੀਓ ਆ ਗਿਆ, ਹੁਣ ਪੜ੍ਹ ਕੇ ਕਿਤਾਬ ਦਾ ਰਿਸ਼ਤਾ ਟੁੱਟ ਜਾਏਗਾ, ਲੇਕਿਨ ਗੱਲ ਝੂਠ ਸਾਬਤ ਹੋਈ। ਪਰ ਹੁਣ ਕੀ ਹੋਇਆ, ਹੁਣ ਆਡੀਓ ਬੁੱਕਸ ਆ ਗਈਆਂ ਨੇ, ਤੁਸੀਂ ਆਡੀਓ ਬੁੱਕਸ ਬਾਰੇ ਬੜੀ ਚੰਗੀ ਤਰ੍ਹਾਂ ਮੈਨੂੰ ਬਹੁਤਾ ਜਾਣਦੇ ਹੋਵੋਗੇ, ਕੀ ਇਹ ਰਵਾਇਤੀ ਕਿਤਾਬਾਂ ਦਾ ਹੀ ਕੋਈ ਨਵਾਂ ਰੂਪ ਨਹੀਂ? ਤੁਹਾਡਾ ਕੀ ਖਿਆਲ ਹੈ? ਨਹੀਂ, ਆਡੀਓ ਬੁੱਕਸ ਤਾਂ ਉਸੇ ਤਰ੍ਹਾਂ ਹੀ ਹੋਇਆ ਜੀ, ਜਿਵੇਂ ਅੱਜ ਤੋਂ 30 ਸਾਲ ਪਹਿਲਾਂ ਕੈਸਟਾਂ ਹੁੰਦੀਆਂ ਸੀਗੀਆਂ ਘਰਾਂ ਦੇ ਵਿੱਚ, ਘਰਾਂ ਦੇ ਵਿੱਚ ਟੇਪ ਰਿਕਾਰਡ ਹੁੰਦੇ ਸੀ, ਅਸੀਂ ਕੈਸਟ ਲਾ ਕੇ ਗੀਤ ਸੁਣਦੇ ਹੁੰਦੇ ਸੀ। ਉਹ ਦੌਰ ਲੰਘ ਗਿਆ, ਉਹਦੀ ਇੱਕ ਤਰ੍ਹਾਂ ਫਿਰ ਸੀਡੀ ਆ ਗਈ, ਉਹ ਸੀਡੀ ਤੋਂ ਬਾਅਦ ਪੈਨ ਡਰਾਈਵ ਆ ਗਈ, ਹੁਣ ਪੈਨ ਡਰਾਈਵ ਤੋਂ ਬਾਅਦ ਵੀ ਫੋਨ ਦੇ ਉੱਤੇ ਕਲਿੱਕ ਕਰੋ ਤੇ ਯੂਟਿਊਬ ਤੇ ਤੁਹਾਨੂੰ ਗਾਣੇ ਸੁਣ ਜਾਂਦੇ ਨੇ। ਉਹ ਗਾਣੇ ਸੁਣਨ ਦੀ ਜਗ੍ਹਾ ਹੁਣ ਦੇਖਣ ਦਾ ਰਿਵਾਜ ਬਣ ਗਿਆ ਕਿ ਗਾਣੇ ਸੁਣੇ ਨੀ ਹੁੰਦਾ, ਦੇਖੇ ਜਾਂਦੇ। ਸੁਣਨ ਵਾਲਾ ਕਨਸੈਪਟ ਸੀਗਾ, ਉਹ ਆਪਣੇ ਆਨੰਦ ਦਿੰਦਾ ਸੀ, ਦੇਖਣ ਨਾਲ ਉਹ ਆਨੰਦ ਨਹੀਂ ਆਉਂਦਾ ਜਿਹੜਾ ਸੁਣਨ ਨਾਲ ਆਉਂਦਾ ਸੀ। ਮਤਲਬ ਆਦਮੀ ਕਾਰ ਡਰਾਈਵ ਕਰਦਾ ਵੀ ਸੁਣ ਰਿਹਾ, ਉਹਨੂੰ ਆਨੰਦ ਆ ਰਿਹਾ। ਹੁਣ ਸੁਣਿਆ ਉਹਦੇ ਕੋਲ ਆਡੀਓ ਬੁੱਕਸ ਵੀ ਆ ਗਈਆਂ। ਆਡੀਓ ਬੁੱਕਸ ਕਿਹੜੀਆਂ ਆ ਗਈਆਂ? ਜਿਹੜੀਆਂ ਫਿਲਾਸਫੀ ਦੀਆਂ ਨੇ, ਫਾਰ ਐਗਜ਼ਾਮਪਲ ਇੰਡੀਆ ਚ ਓਸ਼ੋ ਸੁਣਿਆ ਜਾਂਦਾ, ਓਸ਼ੋ ਦੇ ਥੌਟ ਸੁਣੇ ਜਾਂਦੇ ਨੇ, ਜਾਂ ਫਰੀਦ ਬਾਣੀ ਸੁਣੀ ਜਾਂਦੀ ਹੈ, ਜਾਂ ਜਪਜੀ ਸਾਹਿਬ ਸੁਣਿਆ ਜਾਂਦਾ। ਉਹਨੂੰ ਅਗਰ ਕੋਈ ਆਡੀਓ ਬੁੱਕਸ ਰਾਹੀਂ ਥੋੜੀ ਦੇਰ ਲਈ ਸੁਣ ਰਿਹਾ ਤੇ ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਸੁਣ ਕੇ ਜਦੋਂ ਉਹਦੇ ਵਿੱਚ ਉਹ ਗੱਲ ਤੋਰ ਰਿਹਾ ਹੁੰਦਾ, ਓਸ਼ੋ ਦੀ ਲੋਕ ਜਪਜੀ ਸਾਹਿਬ ਸੁਣਦੇ ਨੇ, ਤੇ ਗੱਲ ਕਿੱਥੋਂ ਕਰ ਰਿਹਾ ਹੁੰਦਾ? ਬਾਣੀ ਦੀ ਗੱਲ ਕਰ ਰਿਹਾ, ਗੁਰਬਾਣੀ ਦੀ ਗੱਲ ਕਰ ਰਿਹਾ, ਤੇ ਫਿਰ ਉਹ ਸੁਣਦੇ ਨੀ, ਉਹਨੂੰ ਗੁਰਬਾਣੀ ਨੂੰ ਪੜ੍ਹਦੇ, ਕਿਤਾਬ ਦੀ ਜ਼ਿਕਰ ਕਰ ਰਿਹਾ ਹੁੰਦਾ ਤੇ ਕਿਤਾਬ ਪੜ੍ਹੀ ਜਾਂਦੀ।
ਕੋਈ ਵੀ 50 ਸਕਾਲਰ ਜਦੋਂ ਆਪਣਾ ਰੈਫਰੈਂਸ ਦਿੰਦਾ ਹੈ ਜਾਂ ਮਾਫੀ ਮੰਡ ਦੇ ਵਿੱਚ ਅਸੀਂ ਬਹੁਤ ਸਾਰੇ ਬਜਟ ਦੌਰਾਨ ਜਾਂ ਪ੍ਰਧਾਨ ਮੰਤਰੀ ਨੂੰ ਬੋਲਦੇ ਹਾਂ ਕਿ ਸ਼ੇਰ ਸੁਣਦੇ ਹਾਂ, ਉਹ ਸ਼ੇਰ ਸੁਣਾ ਰਿਹਾ ਹੁੰਦਾ ਹੈ। ਸ਼ੇਰ ਕਿਉਂ ਸੁਣਾ ਰਿਹਾ ਹੁੰਦਾ? ਤੋਂ ਆਪਣੀ ਗੱਲ ਨੂੰ ਕੰਕਲੂਡ ਕਰਨ ਵਾਸਤੇ ਇੱਕ ਸ਼ੇਰ ਦਾ ਸਹਾਰਾ ਲੈ ਰਿਹਾ ਹੁੰਦਾ। ਸ਼ੇਰ ਦਾ ਸਹਾਰਾ ਕਦੋਂ ਲੈਂਦਾ? ਜਦੋਂ ਆਪਾਂ ਨੂੰ ਲੱਗਦਾ ਕਿ ਮੈਂ ਆਪਣੀ ਗੱਲ ਕਨਵੇ ਨਹੀਂ ਕਰ ਪਾ ਰਿਹਾ, ਕਨਵੇ ਨਾ ਕਰਨ ਦੀ ਜਗ੍ਹਾ ਫਿਰ ਉਹ ਆਪਣੇ ਇੱਕ ਸ਼ੇਰ ਦਾ ਸਹਾਰਾ ਲੈਂਦਾ। ਤੇ ਸ਼ੇਰ ਕਿੱਥੋਂ ਹੁੰਦਾ? ਫਲਾਣੀ ਕਿਤਾਬ ਦੇ ਵਿੱਚ। ਫਿਰ ਉੱਥੇ ਕਿਤਾਬ ਯਾਦ ਆਉਣ, ਇੱਕ ਆਦਮੀ ਸ਼ੇਰ ਸੁਣ ਕੇ ਫਿਰ ਕਿਤਾਬ ਲੱਭਦਾ ਕਿ ਮੈਨੂੰ ਯਾਰ ਉਹ ਕਿਤਾਬ ਮਿਲੇ, ਮੈਂ ਪੜ੍ਹਨਾ ਚਾਹੁੰਦਾ। ਬਹੁਤ ਬੜਾ ਇਕਦਾਰਾ ਹੈ, ਬਲਕਿ ਮੈਂ ਸਮਝਣਾ ਵਾ ਕਿ ਦੁਨੀਆਂ ਦੇ ਵਿੱਚ ਪੰਜਾਬੀ ਲਈ ਜੋ ਤੁਸੀਂ ਕੰਮ ਕਰ ਰਹੇ ਹੋ, ਜਿੰਨੀ ਜਿਸ ਪੱਧਰ ਤੇ, ਸ਼ਾਇਦ ਕੋਈ ਹੋਰ ਅਦਾਰਾ ਨਾ ਹੋਵੇ। ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵਾ ਕਿ ਨਵੇਂ ਲਿਖਣ ਵਾਲੇ ਤੁਹਾਡੇ ਕੋਲ ਆਪਣੀਆਂ ਲਿਖਤਾਂ ਲੈ ਕੇ ਆਉਂਦੇ ਨੇ, ਤੁਸੀਂ ਕਈ ਇਹਨਾਂ ਦੇ ਲਿਖਤਾਂ ਨੂੰ ਕਬੂਲਦੇ ਹੋ, ਕਈਆਂ ਦੇ ਲਿਖਤਾਂ ਨਹੀਂ ਕਬੂਲਦੇ, ਛਾਪਣ ਦੀ ਹਮੀ ਭਰ ਲੈਂਦੀ ਹੋ ਕਈਆਂ ਦੀਆਂ, ਕੀ ਸਟੈਂਡਰਡ ਤੁਸੀਂ ਮਿੱਥੇ ਨੇ? ਪਹਿਲੀ ਗੱਲ ਤੇ ਜੀ ਕਿ ਸਾਰੇ ਨਵੇਂ ਲਿਖਣ ਵਾਲੇ ਵਧੀਆ ਨਹੀਂ ਲਿਖ ਰਹੇ ਹੁੰਦੇ ਤੇ ਸਾਰੇ ਮਾੜਾ ਵੀ ਨਹੀਂ ਲਿਖਦੇ ਹੁੰਦੇ। ਇਹ ਵੀ ਚੱਲ ਰਹੀ ਹੈ, ਦੂਜੇ ਵੀ ਬਲ ਰਹੀ ਚੰਗਾ ਪੜ੍ਹਨ ਵਾਲੇ ਵੀ ਨਵੀਂ ਪੀੜ੍ਹੀ ਚ ਮੌਜੂਦ ਨੇ। ਕਿਸੇ ਵੇਲੇ ਅਸੀਂ ਵੀ ਨਵੀਂ ਪੀੜ੍ਹੀ ਸੀ, ਅੱਜ ਸਾਡੇ ਤੋਂ ਅਗਲੀ ਜਨਰੇਸ਼ਨ ਨਵੀਂ ਪੀੜ੍ਹੀ ਹੈ ਜਾਂ ਤੀਜੀ ਜਨਰੇਸ਼ਨ ਵੀ ਨੇੜੇ ਤੇੜੇ ਸ਼ੁਰੂ ਹੋ ਗਈ ਹੈ। ਤੇ ਮੈਂ ਆਪਣੀ ਜਿਹੜੀ ਇਹ ਸਾਹਿਤ ਰਚਨਾ ਉਹ ਤੀਜੀ ਚੌਥੀ ਕਲਾਸ ਚ ਪੜ੍ਹਦਿਆਂ ਸ਼ੁਰੂ ਕੀਤੀ। ਚੌਥੀ ਕਲਾਸ ਮੈਂ ਮਾਂ ਪਾਇਆ ਸੀ ਸੈਕਿੰਡ ਗੁਰਕੀ ਦਾ। ਤੇ ਜਿਹੜੇ ਬੱਚਿਆਂ ਨੇ ਉਹ ਉਸ ਮਾਹੌਲ ਦੇ ਵਿੱਚ ਪੜ੍ਹਿਆ ਜਾਂ ਅੱਜ ਪੜ੍ਹ ਰਹੇ ਨੇ, ਉਹ ਜ਼ਾਹਿਰ ਹੈ ਕਿ ਉਹ ਜਦੋਂ ਲਿਖਣਗੇ ਉਹ ਪਰਪੱਕ ਹੋ ਕੇ ਆਉਣਗੇ। ਉਹ ਉਵੇਂ ਹੈ ਜਿਵੇਂ ਸੋਨਾ ਕੁਠਾਲੀ ਦੇ ਵਿੱਚ ਢਲ ਕੇ ਕੁੰਦਨ ਬਣਦਾ, ਉਹ ਸੋਨੇ ਦਾ ਸੋਨਾ ਹੀ ਰਹਿ ਜਾਂਦਾ, ਬਿਸਕੁਟ ਹੀ ਰਹਿ ਜਾਂਦਾ। ਜਦ ਤੱਕ ਥਾਲੀ ਚ ਢਾਲੀਏ ਨਾ, ਉਹ ਸੋਨਾ ਕੁੰਦਨ ਨੀ ਬਣਦਾ। ਇਵੀਂ ਹੈ ਕਿ ਨਵਾਂ ਪਾਠਕ ਹੈ, ਜਦੋਂ 10-20-100 ਕਿਤਾਬ ਪੜ੍ਹੇਗਾ ਤੇ ਫਿਰ ਕੁਛ ਲਿਖੇਗਾ ਤੇ ਫਿਰ ਉਹ ਨਵੀਂ ਗੱਲ ਕਰੇਗਾ ਔਰ ਬਿਹਤਰ ਗੱਲ ਕਰੇਗਾ। ਤੇ ਮੈਂ ਅਕਸਰ ਕਹਿੰਦਾ ਹੁੰਦਾ ਨਵਿਆਂ ਨੂੰ ਕਿ ਨਵੇਂ ਪਰਿੰਦੋਂ ਕੋ ਉਡਨੇ ਮੇਂ ਵਕਤ ਤੋ ਲਗਤਾ ਹੈ। ਨਵੇਂ ਨੇ 100 ਕਿਤਾਬ ਪੜ੍ਹੀ ਹੋਏਗੀ, 100 ਨਾਵਲ ਪੜ੍ਹਿਆ ਹੋਏਗਾ ਤੇ ਨਾਵਲ ਦੀ ਗੱਲ ਕਰੇਗਾ। 10,000 ਸ਼ੇਰ ਯਾਦ ਹੋਣਗੇ ਤੇ ਕਿ ਸ਼ੇਰ ਲਿਖ ਸਕੇਗਾ। ਜੇ ਉਹਨੇ ਨਾਟਕ 50-100 ਲਿਖੇ ਹੋਣਗੇ ਤੇ ਉਹ ਪਾਠ ਵੀ ਅਦਾ ਕਰ ਸਕੇਗਾ, ਉਹ ਨਾਟਕ ਦੀ ਗੱਲ ਵੀ ਕਰ ਸਕੇਗਾ, ਨਾਟਕ ਲਿਖ ਵੀ ਸਕੇਗਾ। ਤਦੇ ਹੋ ਸਕਦਾ ਜੇ ਉਹਨੇ ਬਹੁਤ ਸਾਰਾ ਸਾਹਿਤ ਪੜ੍ਹਿਆ ਹੋਏਗਾ। ਸੋ ਨਵਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਹੁੰਦਾ, ਇਹੀ ਰਿਕੁਐਸਟ ਕਰਦਾ ਹੁੰਦਾ ਕਿ ਭਾਈ ਵੱਧ ਤੋਂ ਵੱਧ ਪੜ੍ਹੋ, ਕਿਉਂਕਿ ਜੇ ਪੜ੍ਹੋਗੇ ਤਾਂ ਕੁਛ ਬਣ ਜਾਓਗੇ। ਕਿਉਂਕਿ ਘਰ ਦੇ ਵਿੱਚ ਸਾਰੇ ਸਿਧਾਰਥ ਹੁੰਦੇ ਨੇ, ਘਰੋਂ ਨਿਕਲ ਕੇ ਬੁੱਧ ਬਣਦੇ ਨੇ ਤੇ ਘਰੋਂ ਪੜ੍ਹ ਕੇ ਹੀ ਕੁਛ ਕਰ ਸਕਦੇ ਹਾਂ। ਵਾਹ ਵਾਹ, ਕਿਆ ਬਾਤ, ਬੜੀ ਬੜੀ ਪਿਆਰੀ ਗੱਲ ਹੈ ਜੀ, ਬਹੁਤ ਜ਼ਬਰਦਸਤ। ਇੱਕ ਹੋਰ ਇੱਕ ਛੋਟਾ ਜਿਹਾ ਸਵਾਲ ਆ ਰਿਹਾ ਸੀ ਮੇਰੇ ਮਨ ਦੇ ਵਿੱਚ, ਇਨਸਾਨ ਤੇ ਕਿਤਾਬ ਦੇ ਵਿਚਕਾਰ ਵਧਦੀ ਜਾਂਦੀ ਹੈ ਦੂਰੀ, ਤੁਸੀਂ ਮਹਿਸੂਸ ਕਰਦੇ ਹੋ ਇਸ ਚੀਜ਼ ਨੂੰ, ਇਹ ਸਰਦ ਤੇ ਮੁਆਸ਼ਰੇ ਲਈ ਕਿੰਨੀ ਨੁਕਸਾਨਦੇਹ? ਐਕਚੁਅਲ ਜੀ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਲੋਕ ਪੜ੍ਹਨ। ਹਾਂਜੀ, ਅੱਛਾ। ਲੇਖਕ ਚਾਹੁੰਦੇ ਹੁੰਦੇ ਨੇ, ਸਾਹਿਤਕਾਰ ਚਾਹੁੰਦੇ ਹੁੰਦੇ ਨੇ, ਅਖਬਾਰ ਚਾਹੁੰਦਾ ਹੁੰਦਾ, ਮੀਡੀਆ ਚਾਹੁੰਦਾ ਹੁੰਦਾ ਕਿ ਲੋਕ ਪੜ੍ਹਨ। ਲੇਕਿਨ ਸਰਕਾਰਾਂ ਕਦੀ ਨੀ ਚਾਹੁੰਣਗੀਆਂ, ਉਹ ਤਾਂ ਸਕੂਲ ਕਾਲਜ ਬੰਦ ਕਰਾਉਣ ਦੇ ਵੱਲ ਤੁਰੀਆਂ ਹੁੰਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਨੌਕਰੀਆਂ ਤੋਂ ਉਹਨਾਂ ਕੋਲ ਟੀਚਰ ਹਟਾ ਦਿਓ, ਟੀਚਰ ਘੱਟ ਰੱਖੋ, ਉੱਥੇ ਫੈਸਿਲਿਟੀ ਨਾ ਦਿਓ ਕਿ ਬੱਚੇ ਉਹ ਪੜ੍ਹ ਨਾ ਸਕਣ, ਕਿਉਂਕਿ ਪੜ੍ਹ ਜਾਂਦੇ ਨੇ ਤਾਂ ਫਿਰ ਵੋਟ ਘੱਟ ਜਾਂਦੀ ਹੈ, ਉਹਨਾਂ ਦਾ ਵੋਟ ਬੈਂਕ ਘੱਟ ਜਾਂਦਾ ਹੈ, ਅਨਪੜ੍ਹਾਂ ਦੀ ਵੋਟ ਮਿਲ ਜਾਂਦੀ ਹੈ, ਭੇਡਾਂ ਦੀ ਵੋਟ ਮਿਲ ਜਾਂਦੀ ਹੈ, ਸਿਆਣੇ ਵੋਟ ਘੱਟ ਪਾਉਂਦੇ ਜਾਂ ਸਿਆਣੇ ਸਿਆਣਾ ਬੰਦਾ ਚੁਣਦੇ ਨੇ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਇਸੇ ਕਰਕੇ ਜਿਹੜਾ ਪੜ੍ਹਨ ਦਾ ਮੁਆਸ਼ਰਾ ਹੈ ਜਾਂ ਪੜ੍ਹਨ ਦਾ ਇਲਾਕਾ ਜਾਂ ਪੜ੍ਹਨ ਦੀ ਰੁਚੀ ਹੈ, ਉਹ ਪੜ੍ਹਿਆ ਲਿਖਿਆ ਹਮੇਸ਼ਾ ਅਧਿਆਪਕ ਹਮੇਸ਼ਾ ਟੀਚਰ ਬੱਚੇ ਨੂੰ ਪੜ੍ਹਾਉਂਦਾ ਹੁੰਦਾ, ਸਿਆਸਤਦਾਨ ਕਹਿੰਦਾ ਹੁੰਦਾ ਨਾ ਹੀ ਪੜ੍ਹਨ ਦਾ ਚੰਗੀ ਗੱਲ, ਕਿਉਂਕਿ ਦੋਨਾਂ ਨੂੰ ਆਪਣਾ ਆਪਣਾ ਫਾਇਦਾ ਨਜ਼ਰ ਆਉਂਦਾ। ਕਹਿੰਦੇ ਆ ਜੇ ਬੱਚੇ ਪੜ੍ਹਨਗੇ ਤੇ ਨਵੀਂ ਦੁਨੀਆਂ ਦੇਖਣਗੇ ਤੇ ਨਵਾਂ ਕੁਛ ਕਰਨਗੇ, ਨਵਾਂ ਕ੍ਰੀਏਟ ਕਰਨਗੇ। ਸਾਡੇ ਸਾਊਥ ਏਸ਼ੀਆ ਦੀ ਇੱਕ ਤਸਦੀ ਰਹੀ ਹੈ ਕਿ ਅਸੀਂ ਬਹੁਤ ਵੱਡੇ ਸਾਇੰਸਦਾਨ ਨਹੀਂ ਪੈਦਾ ਕਰ ਸਕੇ, ਜਿਹੜੀਆਂ ਫਾਈਬਰ ਦੀਆਂ ਵਾਇਰ ਨਾਲ ਅਸੀਂ ਗੱਲਾਂ ਕਰਨ ਜੋਗੇ ਹੋਏ ਹਾਂ, ਇਹਨੂੰ ਇਜ਼ਾਦ ਕਰਨ ਵਾਲਾ ਵੀ ਇੱਕ ਪੰਜਾਬੀ ਹੈ, ਪੂਰੇ ਮਾਸ਼ਰੇ ਨੂੰ ਪਤਾ, ਇਹਨੂੰ ਇਜ਼ਾਦ ਕਰਨ ਵਾਲਾ ਵੀ ਪੰਜਾਬੀ ਹੈ। ਪੰਜਾਬ ਦੇ ਸਾਡੇ ਪੰਜਾਬ ਦੇ ਮੋਗੇ ਜ਼ਿਲ੍ਹੇ ਮੋਗੇ ਦਾ ਜੰਮਪਲ ਹੈ, ਜਵਾਨ ਹੈ ਜਿਹਨੇ ਫਾਈਬਰ ਦੀ ਇਜਾਦ ਕੀਤੀ, ਉਹਨੇ ਕੈਮਰੇ ਦੀ ਟੈਕਨੀਕ ਤੋਂ ਲੈ ਕੇ ਉਹਨੇ ਛੋਟੇ ਜਿਹੇ ਕੈਮਰੇ ਨੂੰ ਸਮਝਦਿਆਂ ਹੋਇਆ ਲੰਡਨ ਪੜ੍ਹਾਈ ਕਰਦਿਆਂ ਹੋਇਆ, ਮੈਨੂੰ ਉਹਦਾ ਨਾਮ ਲਾਸਟ ਨੇਮ ਸ਼ਾਇਦ ਉਹਦਾ ਬੇਦੀ ਹੈ,
लेकिन पूरा नाम शायद मेरे याद नहीं, मैं किसी वेले फिर भी दसांगा। 90 साल उस बंदे ने पहला देहरादून पढ़ाई की थी, मोगे तो देहरादून गया, उसको लंदन गया, उसको अमेरिका गया, PhD की, कैमरे की तकनीक न हौली हौली फाइबर की तकनीक आजाद की थी, अज उही फाइबर चंद से जाने लई, मंगल से जाने लई, या होर पूरी गैलेक्सी च जाने लई, वो फाइबर दी तारां यूज हो रही ने, असीं जिहड़ियां फोन ते गल्लां कर रहे हो फाइबर राही कर रहे हैं। ਸਾਡੇ ਲੋਕ ਉਹ ਤਾਂ ਹੀ ਕਰ ਸਕੇ ਜੇ ਕੁਛ ਪੜ੍ਹਾਈ ਕੀਤੀ ਸੀ, ਜੇ ਅਸੀਂ ਪੜ੍ਹਾਂਗੇ ਤਾਂ ਕੁਛ ਬਣ ਸਕਾਂਗੇ, ਨਹੀਂ ਤਾਂ ਫਿਰ ਬਹੁਤ ਪਿੱਛੇ ਰਹਿ ਜਾਵਾਂਗੇ। ਵਾਹ, ਬਹੁਤ ਸੋਹਣੀ ਗੱਲ ਕੀਤੀ ਜੀ। ਬਾਕੀ ਜੀ ਪੜ੍ਹਾਂਗੇ ਤੇ ਕੁਛ ਪੜ੍ਹਾਂਗੇ, ਪੰਜਾਬੀ ਬੜੇ ਜ਼ਹੀਨ ਹੁੰਦੇ ਨੇ, ਪੰਜਾਬੀ ਬੜੀ ਮਿਹਨਤੀ ਹੁੰਦੇ ਨੇ, ਇਹ ਕੀ ਗੱਲ ਹੈ, ਸਾਡੇ ਸਾਹਮਣੇ ਇੱਕ ਮਿਹਨਤੀ ਇੱਕ ਜ਼ਹੀਨ ਪੰਜਾਬੀ ਮੌਜੂਦ ਨੇ। ਤਲਵਾੜੀ ਸਾਹਿਬ ਪਾਠਕ ਤੇ ਲਿਖਿਆਰ ਲਿਖਣ ਵਾਲੇ ਉਹ ਤੁਹਾਡੇ ਵਰਗੀ ਹਸਤੀਆਂ ਜਿਵੇਂ ਇੱਥੇ ਮੌਜੂਦ ਨੇ, ਜੇ ਤੁਸੀਂ ਕਿਤਾਬ ਨੂੰ ਨਾ ਪੇਸ਼ ਕਰੋ, ਨਾ ਪਾਠਕ ਹੋਣ ਤੇ ਨਾ ਲਿਖਣ ਵਾਲੇ ਹੋਣ, ਅੱਛਾ ਤੁਹਾਡਾ ਬਹੁਤ ਬੜਾ ਦਰ ਹੈ, ਤੁਸੀਂ ਬੜੀ ਸੇਵਾ ਨਿਭਾ ਰਹੇ ਹੋ, ਤੁਹਾਡੇ ਕੋਲ ਪਈਆਂ ਕਿਤਾਬਾਂ ਆਪਣੇ ਸੀਨੇ ਵਿੱਚ ਇਲਮ ਦੇ ਖਜ਼ਾਨੇ ਲੁਕੋ ਕੇ ਆਪਣੇ ਦੂਜੇ ਪਾਠਕਾਂ ਨੂੰ ਉਡੀਕਦੀਆਂ ਨੇ, ਇਹ ਜਾੜੀ ਕਿਤੇ ਕੋਈ ਪਾਠਕ ਆ ਜਾਂਦੇ ਨੇ ਕਿਤਾਬਾਂ ਖਰੀਦਣ ਲਈ ਤੁਹਾਡੇ ਅਦਾਰੇ ਦੇ ਵਿੱਚ? ਸਾਡੇ ਕੋਲ ਜੀ ਰੋਜ਼ 100 ਦੇ ਕਰੀਬ ਲੇਖਕ ਔਰ ਪਾਠਕ ਆਉਂਦੇ ਆ। ਹੁਣ ਲੋਕਡਾਊਨ 'ਚ ਥੋੜਾ ਜਿਹਾ ਇਫੈਕਟ ਹੋਇਆ ਕਿਉਂਕਿ ਬੈਨ ਲੱਗਿਆ ਹੋਇਆ ਇੱਕ ਤਰ੍ਹਾਂ ਦਾ, ਜਿਹੜੇ ਅਬਾਬ ਸਿੱਖ ਨੇ, ਵੈਸੇ ਸਾਡਾ ਜਿੱਥੇ ਦਫ਼ਤਰ ਹੈ ਜੀ ਉਹ ਪੰਜਾਬੀ ਭਵਨ ਹੈ, ਮੱਕਾ ਹੈ ਪੰਜਾਬੀ ਪੰਜਾਬੀ ਦਾ, ਕਿਉਂਕਿ ਜਿੱਥੇ 2000 ਮੈਂਬਰ ਨੇ, 2000 ਲੇਖਕ ਮੈਂਬਰ ਨੇ ਸਾਡੇ ਪੰਜਾਬੀ ਭਵਨ ਦੇ, ਤੇ ਦੁਨੀਆਂ ਭਰ ਦੇ ਜਿਹੜੇ ਹਿੰਦੁਸਤਾਨ ਚ ਰਹਿੰਦੇ ਨੇ ਪੰਜਾਬੀ, ਜਾਂ ਆਸਟ੍ਰੇਲੀਆ, ਇੰਗਲੈਂਡ, ਅਮੈਰੀਕਾ, ਕੈਨੇਡਾ ਰਹਿੰਦੇ ਨੇ, ਉਹ ਇੱਥੇ ਅਕਸਰ ਆਉਂਦੇ ਰਹਿੰਦੇ ਨੇ। ਇੱਥੇ ਬਹੁਤ ਸਾਰੇ ਨਾਟਕ, ਇੱਥੇ ਗੋਸ਼ਟੀਆਂ, ਇੱਥੇ ਸੈਮੀਨਾਰ, ਇੱਥੇ ਕਵੀ ਦਰਬਾਰ, ਮੁਸ਼ਾਇਰੇ ਹੁੰਦੇ ਰਹਿੰਦੇ ਨੇ। ਬੜੀ ਗੱਲ ਹੈ। ਪਿਛਲੇ 6 ਤੋਂ ਇੱਥੇ ਬੰਦ ਹੈ ਇਸ ਕਰਕੇ ਕਿਉਂਕਿ ਲੋਕਡਾਊਨ ਕਰਕੇ, ਕੋਰੋਨਾ ਕਰਕੇ, ਕੁਛ ਸਰਕਾਰ ਦੀਆਂ ਪਾਲਿਸੀਆਂ ਨੇ ਕਿ ਬੰਦੇ ਇਕੱਠੇ ਨਹੀਂ ਹੋਣੇ ਚਾਹੀਦੇ, ਤੇ ਲੋਕ ਡਰੇ ਹੋਏ ਨੇ, ਇਸ ਕਰਕੇ ਬਹੁਤ ਘੱਟ ਆਉਂਦੇ ਨੇ, ਪਰ ਆਨਲਾਈਨ ਸਿਸਟਮ ਚੱਲ ਰਿਹਾ, ਲੋਕ ਘਰੇ ਬੈਠੇ ਫੋਨ ਤੇ ਮੰਗਾ ਰਹੇ ਨੇ, ਫਿਰ ਵੀ 25-30-40 ਜਾਣੇ ਰੋਜ਼ ਆਉਂਦੇ ਨੇ, ਜਾਂ ਸਾਨੂੰ ਫੋਨ ਆ ਜਾਂਦੇ ਨੇ, ਅਸੀਂ ਫੋਨ ਤੇ ਮੰਗਾਉਂਦੇ ਭੇਜਦੇ ਰਹਿੰਦੇ ਹਾਂ, ਉਹ ਦੁਨੀਆ ਭਰ ਜਾਂਦੀ ਹੈ, ਆਸਟ੍ਰੇਲੀਆ, ਕੈਨੇਡਾ, ਅਮੈਰੀਕਾ, ਇੰਗਲੈਂਡ ਔਰ ਹਿੰਦੁਸਤਾਨ ਦੇ ਵੀ ਤਾਂ ਸਾਰੇ ਜਗ੍ਹਾ ਜਾਂਦੀ ਹੈ, ਕਿਉਂਕਿ ਪਾਕਿਸਤਾਨ ਵੀ ਮੁਸ਼ਕਿਲ ਹੈ ਕਿ ਪਾਕਿਸਤਾਨ 'ਚ ਕਿਤਾਬ ਅਸੀਂ ਭੇਜ ਨਹੀਂ ਪਾ ਸਕਦੇ, ਮੇਹਰ ਕਰੇ। ਅੱਛਾ ਮੈਂ ਪੁੱਛਣਾ ਚਾਹਾਂਗਾ ਜੀ ਇੱਕ ਸਵਾਲ, ਮੈਂ ਕੱਲ ਸੋਚਿਆ ਸੀ ਪੁੱਛਾਂਗਾ, ਇਹ ਪਾਠਕਾਂ ਦਾ ਜਿਹੜਾ ਰੁਝਾਨ ਹੈ, ਪਾਠਕਾਂ ਦਾ ਰੁਝਾਨ ਇਹ ਸ਼ਹਿਰੀ ਵੱਲ ਬਹੁਤ ਹੈ, ਨਸਲ ਵੱਲ ਬਹੁਤ ਹੈ, ਅੱਜ ਦੀ ਪੀੜ੍ਹੀ ਦੀ ਮੈਂ ਗੱਲ ਕਰ ਜਾਵਾਂ ਜੋ ਤੁਹਾਡੇ ਕੋਲ ਲੋਕ ਹੁੰਦੇ ਨੇ, ਕਿਉਂਕਿ ਤੁਸੀਂ ਸਭ ਤੋਂ ਵੱਡਾ ਤੁਹਾਡਾ ਆਧਾਰ ਹੈ, ਤੁਸੀਂ ਪੰਜਾਬੀ ਦੀ ਸਭ ਤੋਂ ਵਧੀਆ ਕਿਤਾਬਾਂ ਜਾਗੇ ਛਾਪੀਆਂ ਨੇ। ਨਹੀਂ ਚਲੋ ਸਭ ਤੋਂ ਵੱਡੀਆਂ ਹੋਰ ਵੀ ਛਾਪਣ ਵਾਲੇ ਹੈਗੇ ਨੇ ਜੀ, ਪਰ ਇਹ ਹੈ ਕਿ ਸਭ ਤੋਂ ਵੱਡੀ ਗਿਣਤੀ ਜੀ ਤੁਸੀਂ ਛਾਪੀਆਂ ਨੇ, 4000 ਟਾਈਟਲ ਦੀ ਬੜੀ ਵੱਡੀ ਗੱਲ ਹੈ। ਸਾਡੇ ਇੱਥੇ ਕਿਤਾਬ ਜਾ ਰਹੇ ਲਾਹੌਰ, ਉਹਨਾਂ ਨੇ ਮੇਰੇ ਖਿਆਲ ਕੋਈ 500 ਦੇ ਕਰੀਬ ਛਾਪੀਆਂ ਨੇ, ਲੇਕਿਨ ਕਿੱਥੇ 4000, ਬਹੁਤ ਬੜੀ ਗਿਣਤੀ ਹੈ ਜੀ। ਅਸੀਂ ਤੁਹਾਨੂੰ ਸਲਾਮ ਪੇਸ਼ ਕਰਦੇ ਹਾਂ, ਅਸੀਂ ਸਾਰੇ ਪੰਜਾਬੀ ਤੁਹਾਡੇ ਤੇ ਬੜਾ ਮਾਣ ਕਰਨੇ ਆ ਜੀ। ਸਰ ਤੁਸੀਂ ਬੋਲੋ ਪਲੀਜ਼। ਮੇਰੇ ਪਿਤਾ ਜੀ ਸ਼ਾਹ ਚਮਨ, ਉਹਨਾਂ ਨੇ 19 ਕਿਤਾਬਾਂ ਲਿਖੀਆਂ ਨੇ ਜੀ, ਨਾਵਲ ਨੇ ਔਰ ਬਹੁਤ ਸਾਰਾ ਸੂਫੀ ਸਾਹਿਤ ਫਾਰਸੀ ਉਰਦੂ ਤੋਂ ਗੁਰਮੁਖੀ ਦੇ ਵਿੱਚ ਲਿਪੀ ਅੰਤਰ ਕੀਤਾ ਜੀ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, 4 ਸਾਲ ਪਹਿਲਾਂ ਉਹ ਸਾਡੇ ਚ ਨਹੀਂ ਗਏ ਫਿਜ਼ੀਕਲ ਤੌਰ ਤੇ, ਲੇਕਿਨ ਜ਼ਹਿਨੀ ਤੌਰ ਤੇ ਸਾਡੇ ਨਾਲ ਅੱਜ ਵੀ ਜੁੜੇ ਹੋਏ ਨੇ। ਮੇਰੇ ਭਰਾ ਨੇ ਬਹੁਤ ਸਾਰੀਆਂ, ਮੇਰੇ ਭਰਾ ਉਹ ਕਿਸੇ PCS ਅਫਸਰ ਹੈ, ਤਹਿਸੀਲਦਾਰ ਹੈ, ਉਹਨੇ ਵੀ 10 ਕਿਤਾਬਾਂ ਅਨੁਵਾਦ ਕੀਤੀਆਂ ਨੇ ਔਰ ਆਪ ਵੀ ਲਿਖੀਆਂ ਨੇ, 4 ਕਿਤਾਬਾਂ ਮੇਰੀਆਂ ਨੇ ਔਰ 4000 ਦੇ ਕਰੀਬ ਅਸੀਂ ਟਾਈਟਲ ਪਬਲਿਸ਼ ਕੀਤੇ ਨੇ, ਔਰ ਮੇਰਾ ਅਮੈਰੀਕਾ 'ਚ ਵੀ ਦਫ਼ਤਰ ਹੈ, ਕੈਨੇਡਾ 'ਚ ਵੀ, ਔਰ ਇੱਥੇ ਲੁਧਿਆਣਾ ਦੇ ਵਿੱਚ ਵੀ, ਔਰ ਕੋਟਕਪੂਰਾ ਦੇ ਵਿੱਚ ਵੀ, 4 ਸਾਡੇ ਦਫ਼ਤਰ ਨੇ ਔਰ ਸਟਾਫ ਬਹੁਤ ਸਾਰਾ ਕੰਮ ਕਰਦਾ ਹੈ ਹਰ ਵਕਤ, ਇੱਥੇ ਸ਼ਬਦਾਂ ਦੀ ਦੁਨੀਆਂ ਦੀ ਗੱਲ ਹੁੰਦੀ ਹੈ, ਸ਼ਬਦਾਂ ਤੋਂ ਇਲਾਵਾ ਸਾਨੂੰ ਕੁਛ ਬਹੁਤਾ ਪਤਾ ਨਹੀਂ ਹੈ ਜੀ। ਤੇ ਦੂਜੀ ਗੱਲ, ਜਿਹੜਾ ਨਵਾਂ ਪਾਠਕ ਬਹੁਤ ਆਉਂਦਾ ਜੀ, ਨਵੇਂ ਪਾਠਕ ਨਾਲ ਅਸੀਂ ਜੁੜੇ ਹਾਂ, ਨਵਾਂ ਪਾਠਕ ਜਿਹੜਾ ਹੈ ਉਹ ਨਾਵਲ ਵੱਧ ਪੜ੍ਹਦਾ, ਕਿਉਂਕਿ ਨਾਵਲ ਇਸ ਕਰਕੇ ਵੱਧ ਪੜ੍ਹਦਾ ਕਿ ਉਹ ਅਖਬਾਰ ਤੋਂ ਸ਼ੁਰੂ ਕਰਦਾ ਸਾਹਿਤ ਪੜ੍ਹਨਾ, ਜਾਂ ਜਦੋਂ ਸਕੂਲ ਟਾਈਮ 'ਚ ਪੜ੍ਹਦਾ ਤਾਂ ਸਕੂਲ ਟਾਈਮ ਦੇ ਵਿੱਚ ਹਰ ਜਮਾਤ ਦੇ ਵਿੱਚ ਨਾਵਲ ਲੱਗੇ ਹੁੰਦੇ ਨੇ, ਚਾਹੇ 8ਵੀਂ ਕਲਾਸ ਹੈ, 10ਵੀਂ ਜਾਂ 12ਵੀਂ ਜਾਂ 20ਵੀਂ ਦੇ ਵਿੱਚ ਸਭ ਤੋਂ ਵੱਧ ਨਾਵਲ ਲਿਖਿਆ, ਨਾਵਲ ਪੜ੍ਹਿਆ ਜਾਂਦਾ ਕਿਉਂਕਿ ਨਾਵਲ ਪੜ੍ਹਾਇਆ ਜਾਂਦਾ, ਕਹਾਣੀ ਲਿਖੀ ਹੁੰਦੀ ਹੈ, ਕਹਾਣੀ ਪੜ੍ਹਾਈ ਜਾ ਰਹੀ ਹੁੰਦੀ ਹੈ, ਇਸੇ ਤਰ੍ਹਾਂ ਸ਼ਾਇਰੀ ਹੈ, ਸ਼ਾਇਰੀ ਦਾ ਜਿਹੜਾ ਪਾਠਕ ਹੈ ਉਹ ਜ਼ਿਆਦਾਤਰ +2 ਜਾਂ BA ਤੋਂ ਬਾਅਦ ਆਉਂਦਾ ਜੀ। ਅੱਛਾ ਜੀ। ਜਿਹਨੇ 10ਵੀਂ ਕੀਤੀ ਹੈ, ਜਿਹਨੇ +2 ਕੀਤੀ ਹੈ, 12ਵੀਂ ਕੀਤੀ ਹੈ, ਉਹ ਜ਼ਿਆਦਾਤਰ ਨਾਵਲ ਔਰ ਕਹਾਣੀ ਵਾਰਤਕ ਵੱਲ ਰੁਚਿਤ ਹੁੰਦਾ, ਜਿਹੜਾ ਉਹ ਤੋਂ ਪਤਾ ਗੰਭੀਰ ਪਾਠਕ ਹੈ ਜਿਹਨੇ BA MA ਕਰ ਲਈ, PhD ਕਰ ਲਈ, ਉਹ ਫਿਰ ਸ਼ਾਇਰੀ ਵੱਲ ਪ੍ਰਤੀਤ ਹੁੰਦਾ, ਸ਼ਾਇਰੀ ਵੱਲ ਰੁਚਿਤ ਹੋ ਜਾਂਦਾ, ਉਸ ਗਜ਼ਲ ਦੀ ਕਿਤਾਬ ਬਹੁਤ ਪੜ੍ਹੀ ਜਾਂਦੀ ਹੈ, ਕਵਿਤਾ ਤੇ ਪੜ੍ਹੀ ਜਾਂਦੀ ਹੈ, ਕਵਿਤਾ, ਗਜ਼ਲ ਔਰ ਨਾਟਕ, ਉਹ ਫਿਰ ਗੰਭੀਰ ਜਿਹੜਾ ਪਾਠਕ ਹੈ ਉਹ ਜ਼ਿਆਦਾ ਪੜ੍ਹਦਾ।
ਬਹੁਤ ਜ਼ਬਰਦਸਤ ਜੀ, ਬੜੀ ਸੋਹਣੀ ਗੱਲ ਸੁਣੀ ਸੀ। ਅੱਜ ਸਾਡੇ ਨਾਲ ਮੌਜੂਦ ਨੇ ਜੀ ਬਹੁਤ ਬੜੇ ਪ੍ਰਕਾਸ਼ਨ ਦੇ ਆਨਰ ਜਨਾਬ ਸਤੀਸ਼ ਕਲਾਟੀ ਜੀ। ਸਤੀਸ਼ ਜੀ, ਤੁਸੀਂ ਖੁਦ ਵੀ ਲਿਖਦੇ ਜੀ, ਤੁਹਾਡੇ ਪਿਤਾ ਜੀ ਵੀ ਲਿਖਦੇ ਸੀ, ਉਹਨਾਂ ਨੂੰ ਤੁਹਾਨੂੰ ਵਿਰਸੇ ਚ ਮੁੰਤਕਿਲ ਹੋਇਆ ਲਿਖਣਾ। ਤੁਸੀਂ ਇਹ ਦੱਸੋ, ਇਹਨਾਂ ਕਿਸਾ ਬਿਜ਼ਨਸ ਵੀ ਹੈ, ਕਿਤਾਬਾਂ ਤੁਸੀਂ ਛਾਪਦੇ ਜੀ, ਕਿਸ ਤਰ੍ਹਾਂ ਟਾਈਮ ਕੱਢ ਲੈਂਦੇ ਜੀ ਲਿਖਣ ਲਈ? ਗੱਪਾਂ ਮਾਰਨ ਲਈ ਮਿਲ ਜਾਂਦਾ, ਤਾਸ਼ ਖੇਡਣ ਲਈ ਮਿਲ ਜਾਂਦਾ, ਪਰ ਸਾਡੇ ਕੋਲੇ ਸ਼ਬਦ ਹੈ, ਅਸੀਂ ਸ਼ਬਦਾਂ 'ਚ ਬੈਠਦੇ ਹਾਂ, ਸਾਨੂੰ ਸਮਾਂ ਮਿਲ ਜਾਂਦਾ, ਕੋਈ ਬਾਧਾ ਨਹੀਂ ਹੈ। ਕਿਉਂਕਿ ਜਿਹੜਾ ਬੰਦਾ ਸੈਂਸਿਟਿਵ ਹੁੰਦਾ, ਸੰਵੇਦਨਸ਼ੀਲ ਹੁੰਦਾ, ਉਹਨੂੰ ਕਿਤੇ ਨਾ ਕਿਤੋਂ ਆਲੇ ਦੁਆਲੇ ਜਿਹੜੀਆਂ ਟ੍ਰੈਜਡੀਆਂ ਹੁੰਦੀਆਂ ਨੇ, ਉਹ ਉਹਨੂੰ ਤੰਗ ਕਰਦੀਆਂ ਰਹਿੰਦੀਆਂ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਸ਼ਬਦ ਕਲਿੱਕ ਕਰਦਾ, ਕੋਈ ਦਿਮਾਗ 'ਚ ਇੱਕ ਸ਼ਬਦ ਆਉਂਦਾ, ਤੁਸੀਂ ਉਸ ਸ਼ਬਦ ਨੂੰ ਵਿਸਥਾਰ ਦੇਣਾ ਸ਼ੁਰੂ ਕਰ ਦਿੰਦੇ। ਪ੍ਰਬੰਧ ਲਿਖਿਆ ਜਾਂਦਾ, ਉਹ ਨਾਵਲ ਦਾ ਰੂਪ ਲੈ ਜਾਂਦਾ, ਉਹ ਗਜ਼ਲ ਦਾ ਰੂਪ ਲੈ ਜਾਂਦਾ, ਉਹ ਸ਼ੇਅਰ ਦਾ ਰੂਪ ਲੈ ਜਾਂਦਾ, ਕਿਸੇ ਕਵਿਤਾ ਦਾ ਰੂਪ ਲੈ ਜਾਂਦਾ। ਮੈਨੂੰ ਸਮਝ ਜੀ, ਉਹਨਾਂ ਨੇ ਤੁਹਾਡੇ ਬੇਟੇ ਨੇ, ਉਹਨਾਂ ਨੇ ਮੈਨੂੰ ਵੀਡੀਓ ਕੱਲੀ ਹੈ ਵਟਸਐਪ ਤੇ ਤੁਹਾਡੇ ਦਫ਼ਤਰ ਦੀ। ਯਕੀਨ ਕਰੋ, ਦਿਲ ਖੁਸ਼ ਹੋ ਗਿਆ ਇੰਨੀਆਂ ਕਿਤਾਬਾਂ ਦੇਖ ਕੇ। ਇਹ ਬਹੁਤ ਬੜੀ ਗੱਲ ਹੈ, ਇਨਸਾਨੀ ਅਕਲ ਤੇ ਸ਼ੂਰ ਦੇ ਇੰਤਕਾਲ ਲਈ ਇਹ ਆਕਸੀਜਨ ਦਾ ਕੰਮ ਕਰਦੀਆਂ ਨੇ। ਅੱਛਾ, ਤੁਸੀਂ ਪਾਕਿਸਤਾਨ ਦੇ ਵੀ ਜੀ ਜੀ ਤੁਸੀਂ ਗੱਲ ਕਰੋ ਬੇਟਾ। ਸੁਮੀਤ ਉਹਨੇ ਤੁਹਾਨੂੰ ਵੀਡੀਓ ਭੇਜੀ ਹੈ ਜੀ, ਉਹ ਆਪ ਹੀ ਲਿਖਦਾ, ਉਹ ਨਾਟਕ ਨਾਲ ਵੀ ਰੁਚਿਤ ਹੈ, ਪੜ੍ਹਦਾ ਰਹਿੰਦਾ, ਉਹਦੇ ਦੋਸਤ ਮਿੱਤਰ ਸਾਰੇ ਨਾਟਕ ਤੇ ਪਾਤਰ ਦੇ ਵਿੱਚ ਬੈਠ ਕੇ ਨਵੀਆਂ ਜਿੱਦਾਂ ਨਵੀਂ ਟੈਕਨੋਲੋਜੀ ਬਾਰੇ ਵੀ ਗੱਲਾਂ ਕਰਦੇ ਆ, ਨਵੇਂ ਸਾਹਿਤ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਕਿਵੇਂ ਜਾ, ਵੀ ਇਹ ਵੀ ਸਾਧਨ ਲੱਭਦੇ ਰਹਿੰਦੇ ਲਈ ਵੱਧ ਤੋਂ ਵੱਧ ਲੋਕਾਂ ਤੱਕ ਕਿਤਾਬ ਲਿਖਾਈ ਜਾਵੇ। ਤੁਸੀਂ ਉਸ ਗੱਲ ਕੀ ਕਹਿ ਰਹੇ ਸੀ, ਪਾਕਿਸਤਾਨ ਨਾਲ ਜੁੜੀ ਗੱਲ ਸੀ ਫਰਵਰੀ ਦੇ ਵਿੱਚ, ਪੰਜਾਬੀ ਕਾਨਫਰੰਸ ਪਾਕਿਸਤਾਨ ਦੇ ਵਿੱਚ। ਜੀ ਜੀ ਜੀ, ਪਲੀਜ਼ ਗੱਲ ਕਰੋ। ਮੈਂ ਉੱਥੇ 8 ਦਿਨ ਲਈ ਸ਼ਿਰਕਤ ਕੀਤੀ ਸੀ ਜੀ, ਮੈਂ ਬਹੁਤ ਸਾਰੇ ਦੋਸਤਾਂ ਨੂੰ ਮਿਲਿਆ, ਇਕਬਾਲ ਬਾਬਾ ਨਜ਼ਮੀ ਦੀ ਕਿਤਾਬ ਅਸੀਂ ਪਬਲਿਸ਼ ਕੀਤੀ ਸੀ ਜੀ ਪੰਜਾਬ ਦੇ ਵਿੱਚ, ਸਰ ਮੈਂ ਇਕਬਾਲ ਪੰਜਾਬੀ ਦਾ ਸਾਰਾ ਸਮੁੱਚਾ ਕਲਾਮ ਉਹਨਾਂ ਦਾ, ਔਰ ਉਸ ਤੋਂ ਇਲਾਵਾ ਅਫਜ਼ਲ ਸਾਹਿਰ ਦੀ ਕਿਤਾਬ ਅਸੀਂ ਪਬਲਿਸ਼ ਕੀਤੀ ਹੈ ਜੀ ਜੀ, ਮੈਂ ਸੋਰੀ ਈਸਾ ਉਹਨਾਂ ਦੀ ਕਿਤਾਬ ਅਸੀਂ ਪਬਲਿਸ਼ ਕੀਤੀ ਹੈ, ਔਰ ਉਸ ਤੋਂ ਇਲਾਵਾ ਤੁਸੀਂ ਚਪਟਾਈ ਦੀਆਂ ਕਿਤਾਬਾਂ ਘੱਟੋ ਘੱਟ 16 ਨਾਟਕ ਅਸੀਂ ਪੰਜਾਬੀ ਦੇ ਗੁਰਮੁਖੀ ਦੇ ਵਿੱਚ ਪ੍ਰਕਾਸ਼ ਕੀਤੇ ਹੈ, ਔਰ ਪ੍ਰੀਹਾ ਗੌਹਰ ਦੇ ਔਰ ਸ਼ਾਹਿਦ ਨਦੀਮ ਦੇ ਜਿਹੜੇ ਮਦੀਖਾ ਨੇ ਡਾਇਰੈਕਟ ਕੀਤੇ ਔਰ ਸ਼ਾਹਿਦ ਨੇ ਲਿਖੇ, ਉਹ ਲਗਭਗ ਸਾਰੇ ਨਾਵਲ ਅਸੀਂ ਸਾਰੇ ਨਾਟਕ ਇੱਕੋ ਵਾਲੀਅਮ ਦੇ ਵਿੱਚ 600 ਸਫ਼ੇ ਦਾ ਸਮੁੱਚਾ ਕਲਾਮ ਉਹਨਾਂ ਦਾ, ਸਮੁੱਚੇ ਨਾਟਕ ਉਹਨਾਂ ਦੇ ਪੰਜਾਬ ਗੁਰਮੁਖੀ ਦੇ ਵਿੱਚ ਪ੍ਰਕਾਸ਼ਿਤ ਕੀਤੇ ਨੇ, ਕਰੀਬ 40 ਕਿਤਾਬਾਂ ਜੀ ਜਿਹੜੀਆਂ ਮੈਂ ਪਾਕਿਸਤਾਨ ਦੇ ਲੇਖਕਾਂ ਦੀਆਂ ਇੱਧਰ ਹਿੰਦੁਸਤਾਨ ਦੇ ਵਿੱਚ ਗੁਰਮੁਖੀ ਦੇ ਵਿੱਚ ਪਬਲਿਸ਼ ਕਰ ਚੁੱਕੇ ਹਾਂ ਜੀ। ਕਿਆ ਬਾਤ ਹੈ ਜੀ, ਬੜੀ ਗੱਲ ਹੈ ਜੀ, ਇਹ ਤੁਹਾਡੀ ਮਹਾਨਤਾ ਹੈ, ਇਹ ਤੁਹਾਡੀ ਇਸ ਕੰਮ ਨਾਲ ਆਪਣੇ ਇਸ ਸੇਵਾ ਨਾਲ ਇੱਕ ਮੁਹੱਬਤ ਹੈ, ਇਹ ਚੀਜ਼ ਦੱਸਦੀ। ਮੈਂ ਬਾਬਾ ਨਜ਼ਮੀ ਜੀ ਜਿਹੜੇ ਨੇ ਜੀ, ਉਹਨਾਂ ਬਾਰੇ ਗੱਲ ਕਰਾਂਗਾ, ਕਿ ਵਾਕਈ ਅਲਾਮਾ ਇਕਬਾਲ ਨੇ ਸਾਡੇ ਪੰਜਾਬੀ ਦੇ, ਲੇਕਿਨ ਮੈਂ ਕਈ ਦਫ਼ਾ ਗੱਲ ਕਹਿੰਦਾ ਹੁੰਦਾ ਵਾ ਦੋਸਤਾਂ ਨੂੰ, ਮੈਂ ਇਕਬਾਲ ਪੰਜਾਬੀ ਦਾ ਇਹ ਕਿਤਾਬ ਦਾ ਨਾਮ ਕੋਈ ਦਾ ਠੀਕ ਨਹੀਂ, ਇਹਨਾਂ ਦੋਸਤ ਪੁੱਛਦੇ ਨੇ ਕਿਉਂ ਦੱਸਣ ਕਿਉਂ ਨੀ ਠੀਕ, ਮੈਂ ਕਹਿੰਦਾ ਵਾ ਕਿ ਅਲਾਮਾ ਇਕਬਾਲ ਸਾਹਿਬ ਨੂੰ ਪੜ੍ਹਨ ਵਾਲੇ ਸਮਝਣ ਵਾਲੇ 250 ਨੇ, ਉਹਨਾਂ ਦੀ ਬੋਲੀ ਬੋਲਣ ਆਏ, ਤੇ ਬਾਬਾ ਜੀ ਨਜ਼ਮੀ ਨੂੰ 100% ਲੋਕ ਸਮਝਦੇ ਨੇ। ਬਾਬਾ ਜੀ ਨੇ ਕਿਤਾਬ ਦਾ ਨਾਮ ਬਾਬਾ ਜੀ ਇਕਬਾਲ ਨੀ, ਪੰਜਾਬੀ ਦੇ ਬਾਬਾ ਜੀ ਬਹੁਤ ਮਹਾਨ ਨੇ, ਅਲਾਮਾ ਸਾਹਿਬ ਜੀ ਮੈਂ ਕੋਈ ਉਹ ਨਹੀਂ ਕਰ ਰਿਹਾ, ਉਹ ਬੜੀ ਮਹਾਨ ਸ਼ਖਸੀਅਤ ਨੇ, ਸ਼ਾਇਰ ਮਸ਼ਰਕ ਨੇ, ਮੁਤਵਰ ਪਾਕਿਸਤਾਨ ਨੇ, ਸਾਨੂੰ ਅਲੱਗ ਵੱਖਰੇ ਮੁਲਕ ਦੇ, ਸਾਨੂੰ ਉਹਨਾਂ ਨੇ ਖਿਆਲ ਦਿੱਤਾ, ਰੱਬ ਉਹਨਾਂ ਦੇ ਦਰਜਾਤ ਬੁਲੰਦ ਕਰੇ। ਅੱਛਾ, ਇੱਕ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਸੀ, ਇਹ ਜੋ ਸ਼ਾਹਮੁਖੀ ਤੋਂ ਗੁਰਮੁਖੀ, ਇਹ ਕੁਝ ਤੁਸੀਂ ਸਾਫਟਵੇਅਰ ਨਾਲ ਕਰਦੇ ਜੇ, ਜਾਂ ਕੋਈ ਤੁਹਾਡੇ ਕੋਲ ਵਿਦਵਾਨ ਮੌਜੂਦ ਨੇ ਜੇ ਸ਼ਾਹਮੁਖੀ ਚੰਗੇ ਜਾਣੂ ਹੋਣ? ਨਹੀਂ, ਉਹ ਵਿਦਵਾਨ ਹੀ ਮੌਜੂਦ ਹੈ ਜੀ, ਵਿਦਵਾਨ ਹੀ ਕਰਦੇ ਨੇ, ਕਿਉਂਕਿ ਜਿਹੜਾ ਜੇ ਅਸੀਂ ਕਨਵਰਟ ਕਰੀਏ ਕੰਪਿਊਟਰ ਤੋਂ ਸ਼ਾਹਮੁਖੀ ਤੋਂ, ਉਦੋਂ ਤੇ ਬਹੁਤ ਸਾਰੇ ਸ਼ਬਦ ਰਹਿ ਜਾਂਦੇ ਨੇ, ਜਿਵੇਂ ਸ਼ਾਹਮੁਖੀ 3 ਜੱਜੇ ਨੇ ਉਰਦੂ ਦੇ ਕੋਲੇ ਜੀ ਜੀ, ਪੰਜਾਬੀ ਦੇ ਵਿੱਚ ਇੱਕ ਜੱਜਾ ਜਾਂ ਜੱਜੇ ਪਰ ਬਿੰਦੀ ਹੈ, ਦੋ ਹੀ ਹੈ, ਉੱਥੇ ਮੁਸ਼ਕਿਲ ਆ ਜਾਂਦੀ ਹੈ ਜੀ ਜੀ ਜੀ, ਸੋ ਇਸ ਕਰਕੇ ਅਸੀਂ ਵਿਦਵਾਨਾਂ ਤੋਂ ਕਰਾਉਂਦੇ ਹਾਂ ਜੀ, ਮੈਨੂਅਲ ਕਰਤਾਰ ਤੇ ਫਿਰ ਕੰਪੋਜ਼। ਵਾਹ, ਮਿੱਤਰ ਨੇ ਜੰਮੂ ਕਸ਼ਮੀਰ ਚ ਖਾਲਿਦ ਹੁਸੈਨ, ਜਨਾਬ ਖਾਲਿਦ ਹੁਸੈਨ, ਉਹ ਵੀ ਆਏ ਸੀ ਮੇਰੇ ਨਾਲ ਪਾਕਿਸਤਾਨ, ਮੈਂ ਉਹਨਾਂ ਨਾਲ ਪਾਕਿਸਤਾਨ ਸੀ, ਉਹ ਪਹਿਲਾਂ ਵੀ ਆ ਚੁੱਕੇ ਨੇ ਜੀ ਜੀ, ਉਹ ਆਪ ਕਿਉਂਕਿ ਉਹ ਜਾਣਦੇ ਨੇ
कश्मीर ਦੇ ਵਿੱਚ ਵੀ ਪੰਜਾਬੀ ਗੁਰਮੁਖੀ ਦੇ ਵਿੱਚ ਕੰਪੋਜ਼ ਕਰਨ ਵਾਲੇ ਗਏ ਨੇ, ਉਰਦੂ ਵਿੱਚ ਕੰਪੋਜ਼ ਕਰਨ ਵਾਲੇ ਵੀ ਨੇ, ਸਾਡੇ ਲੁਧਿਆਣੇ ਵੀ ਨੇ। ਵਾਹ, ਇਸ ਤਰ੍ਹਾਂ ਆਉਂਦੇ ਰਹਿੰਦੇ ਆ। ਹਾਂ ਓਕੇ, हरमीत विद्यार्थी हरमीत विद्यार्थी बहुत वधिया मित्र ने, बहुत शायर ने, बहुत अच्छे, और अक्सर पाकिस्तान दी असीं गल्लां करदे रहिंदे आ जी। और जिहड़े पाकिस्तान दे अंजुम, तुहाडे अंजुम मलिक, सारे अंजुम हुणी सारे शायर ने जी, साडे दोस्त ने। बाबा नसमी नाल हर दूजे चौथे मुनीर झारपुरिया नाल अक्सर गल हुंदी आ जी, उहनां दा फोन आउंदा रहिंदा लै जी, कोई इनफॉर्मेशन दिंदे रहिंदे आ जी। बहुत बहुत बाबर जलंधरी नाल, अंजुम अंजुम नाल, सारे नाल अक्सर साडा मेल मिलाप हुंदा रहिंदा। बाबा नजमी जी मेरी अगले दिन गल हो रही थी फोन से, पोस्टर मैं चलिया तो बड़े खुश हुए, कह लगे मेरे तो बड़े प्यारे मित्र ने। मैं क्या जी, आपके तो साहब ने जी, तो बड़ी मेहरबानी की साडे लिए उन्होंने मदद। अच्छा जी, कड़ी जी एक दिन जा रहा थी कि साडे पाकिस्तान में पी एच डी कला छापन यूनिवर्सिटी को लिखती रूप में इजाजत लेनी पैंदी है, तुहाडे वल किस तरह है? नहीं, साडे भी लेनी पैंदी जी इजाजत। अच्छा, लेकिन छापना फिर इजाजत लेनी पैंदी है, इजाजत दे भी दिंदे ने यूनिवर्सिटी, कोई मुश्किल नहीं आती। दूजी गल, कॉपीराइट यूनिवर्सिटी को हो जाता जो यूनिवर्सिटी, आखरी सवाल जी, एक बड़ी जहमत दिखी किताब छपन उपर कि वक्त लग जाता है? मैं क्योंकि खुद भी अपने नावल छपा रहा लाहौर सचेत किताब घर से मखसूस ठाकुर साहब मेरी किताबा छापिया ने, गलतियां लग दिया ने, दो तो तीन महीने का प्रोसीजर तो लग ही जाता जी। उसे बहुत टाइम नहीं लगता, प्रिंटिंग हफ्ते के किताब बाइंड होके आ जाती, जो फाइनल भेज दें किताब तो दो दिन आइटम लगते हैं, प्रिंटिंग होके बाइंडिंग शुरू हो जाती है, हफ्ता दस दिन साढ़े को किताब आ जाती है, लेकिन सारे प्रोसीजर तीन क महीने लग जाते हैं। मैं अक्सर कहना हूं मेरे को बहुत लेखक आते कि जल्दी कर दो जी, मैं कहना हूं जी कि समा लगे थोड़ा लिखने से, वो कहते चार साल लगे, मैं फिर चार महीने सानू दे दो। सुमित भाई जी छड़े छोटे गीत ने बारे कहांगा, कविता लिखते रहने लिखनी ही लिखनी है, मैंने कोई हैरानगी नहीं हुई कि किताब न जुड़े ने, इन किताबा रहते ने उन्होंने वालिद साहब खुद यूनिवर्सिटी ने मौजूद सन पंजाबी दे जिन्होंने 4000 टाइटल छापे ने, चेतन प्रकाश लुधियाना बहुत बड़ा एक नाम है, अमेरिका भी दफ्तर है, दूसरे होर बावे मुल्कां च दफ्तर ने, इंडिया में भी दो दफ्तर इन्हां दे, बहुत बड़ा नाम है जी इन्हां दा। बाबा लक्ष्मी जी भी कैनेडा दफ्तर है, कैनेडा दफ्तर है।
जगत जिते जिते सारे पंजाबी वसदे रहे उत्थे इत्थे इन्हां दी किताब पहुंच जांदी है। असीं बहुत शुक्रिया अदा करने आ, साडी सारी टीम तुहाडी साहब तुहाडा शुक्रिया अदा करदी है। बहुत 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 धन्यवाद, बहुत बहुत शुक्रिया, बहुत शुक्रिया जी तुहाडा और पंजाब स्टूडियोस दा। बहुत बहुत धन्यवाद।